ਇਹ ਸਰਕਾਰ ਨੂੰ ਲਕਵਾ ਹੋ ਗਿਆ ਹੈ ਔਰ ਉਹਦਾ ਕਾਰਨ ਹੈ ਕਿ ਇਹ ਸਰਕਾਰ ਦਾ ਜਿਹੜਾ ਮੁਖੀ ਹੈ ਉਹਦਾ ਰਾਜਕਾਜ ਦੇ ਵਿੱਚ ਕੋਈ ਉਹਦਾ ਇੰਟਰਸਟ ਨਹੀਂ ਜੇ ਅਫਸਰ ਹੀ ਸਰਕਾਰ ਚਲਾ ਸਕਦੇ ਹੁੰਦੇ ਤਾਂ ਫਿਰ ਇਹ ਵੋਟਾਂ ਪਾਉਣ ਦੀ ਕੀ ਲੋੜ ਹੈ ਇਹ ਬਹੁਤ ਸ਼ਰਮਨਾਕ ਹੈ ਕਿ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਜਿਹੜੀ ਸਹੁੰ ਕੈਪਟਨ ਸਾਹਿਬ ਨੇ ਚੁੱਕੀ ਸੀ ਉਹਨੂੰ ਪੂਰਾ ਕਰਨ ਦੇ ਵਿੱਚ ਉਹ ਪੂਰੇ ਤੌਰ ਤੇ ਨਾਕਾਮਯਾਬ ਰਹੇ ਹੈ ਸੰਗਰੂਰ ਪੁੱਜੇ ਭਾਜਪਾ ਦੇ ਨੇਤਾ ਕਮਲ ਸ਼ਰਮਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਚੰਗੀ ਫਿਲਾਸਫੀ ਬਣਾਉਣ ਦੇ ਲਈ ਵਚਨਬੰਧ ਹੈ ਪਰ ਨੇਤਾਵਾਂ ਦੇ ਵਿੱਚ ਵੀ ਉਸ ਨੂੰ ਲਾਗੂ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਲੋਕਲ ਬੋਡੀ ਵਿਭਾਗ ਨੂੰ ਹੀ ਲੈ ਲਓ ਜੋ ਕਿ ਪਹਿਲਾਂ ਦੇ ਮੁਕਾਬਲੇ ਇਸ ਵਿੱਚ ਕਾਫੀ ਵਿਵਾਦ ਪਿਛੜ ਗਿਆ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜੀ ਸਵੱਛ ਸ਼ਹਿਰਾਂ ਦੀ ਸੂਚੀ ਬਣਾਈ ਸੀ ਉਸ ਵਿੱਚ ਪੰਜਾਬ ਦਾ ਵੀ ਨਾਂ ਸੀ ਪਰ ਹੁਣ ਉਹ ਪਿੱਛੇ ਰਹਿ ਗਿਆ ਕਿਉਂਕਿ ਨੇਤਾ ਇਸ ਨੂੰ ਲੈ ਕੇ ਪੋਜ਼ਿਟਿਵ ਨਹੀਂ ਨੇ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਪਹਿਲੇ ਸਥਾਨ ਤੋਂ 5ਵੇਂ ਸਥਾਨ ਤੇ ਆ ਚੁੱਕਿਆ ਹੈ ਦੂਜੇ ਪਾਸੇ ਦੱਸ ਦਈਏ ਕਿ ਨਸ਼ੇ ਦੇ ਮੁੱਦੇ ਨੂੰ ਲੈ ਕੇ ਵੀ ਉਹਨਾਂ ਨੇ ਕੈਪਟਨ ਸਰਕਾਰ ਨੂੰ ਜੰਮ ਕੇ ਘੇਰਿਆ ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਲੋਕਾਂ ਦੇ ਨਾਲ ਵਾਅਦੇ ਪੂਰੀ ਤਰ੍ਹਾਂ ਦੇ ਨਾਲ ਫੇਲ ਹੋ ਚੁੱਕੇ ਨੇ ਸਰਕਾਰ ਆਪਣਾ ਕੋਈ ਵੀ ਵਾਅਦਾ ਪੂਰਾ ਕਰਨ ਦੇ ਵਿੱਚ ਸਫਲ ਨਹੀਂ ਹੋਈ ਹੈ ਆਓ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ ਕਮਲ ਸ਼ਰਮਾ ਦੇ ਵੱਲੋਂ ਕੀਤੇ ਗਏ ਕਾਂਗਰਸ ਸਰਕਾਰ ਤੇ ਜੰਮ ਕੇ ਤਿੱਖੇ ਸ਼ਬਦੀ ਹਮਲੇ ਮੈਂ ਮੰਨਦਾ ਕਿ ਤੁਸੀਂ ਇੱਕ ਇੱਕ ਮਹਿਕਮੇ ਨੂੰ ਚੁੱਕ ਕੇ ਦੇਖ ਲਓ ਤੁਸੀਂ ਜੇਲ੍ਹ ਦੀ ਗੱਲ ਕੀਤੀ ਆਪਾਂ ਹੈਲਥ ਦੀ ਗੱਲ ਕਰ ਲਈਏ ਆਪਾਂ ਡਰੱਗਸ ਦੀ ਗੱਲ ਕਰ ਲਈਏ ਆਪਾਂ ਰੇਤ ਦੀ ਗੱਲ ਕਰ ਲਈਏ ਆਪਾਂ ਕਿੰਨੀਆਂ ਗੱਲਾਂ ਕਰਾਂਗੇ ਸ਼ਾਮ ਪੈ ਜਾਣੀ ਹੈ ਇਹ ਸਰਕਾਰ ਨੂੰ ਲਕਵਾ ਹੋ ਗਿਆ ਹੈ ਔਰ ਉਹਦਾ ਕਾਰਨ ਹੈ ਕਿ ਇਹ ਸਰਕਾਰ ਦਾ ਜਿਹੜਾ ਮੁਖੀ ਹੈ ਉਹਦਾ ਰਾਜਕਾਜ ਦੇ ਵਿੱਚ ਕੋਈ ਉਹਦਾ ਇੰਟਰਸਟ ਨਹੀਂ ਜੇ ਅਫਸਰ ਹੀ ਸਰਕਾਰ ਚਲਾ ਸਕਦੇ ਹੁੰਦੇ ਤਾਂ ਫਿਰ ਇਹ ਵੋਟਾਂ ਪਾਉਣ ਦੀ ਕੀ ਲੋੜ ਹੈ ਫਿਰ ਇਹ ਲੋਕਤੰਤਰ ਇੱਥੇ ਲਾਗੂ ਕਰਨ ਦੀ ਕੀ ਲੋੜ ਹੈ ਅਫਸਰ ਦੇ ਪੈਸੇ ਅੰਗਰੇਜ਼ਾਂ ਦੇ ਵੇਲੇ ਵੀ ਸਰਕਾਰ ਚਲਾਈ ਜਾਂਦੇ ਸੀ ਅਸੀਂ ਪ੍ਰਤੀਨਿਧੀ ਆਪਣੇ ਚੁਣਦੇ ਹਾਂ ਨੁਮਾਇੰਦੇ ਇਸ ਕਰਕੇ ਚੁਣਦੇ ਹਾਂ ਕਿਉਂਕਿ ਉਹ ਜਨਤਾ ਦੇ ਲਈ ਜਵਾਬਦੇਹ ਹੁੰਦੇ ਆ ਉਹਨਾਂ ਨੇ ਜਵਾਬ ਦੇਣਾ ਜਾ ਕੇ ਇੱਥੇ ਕੋਈ ਕਿਸੇ ਨੂੰ ਜਵਾਬਦੇਹੀ ਹੈ ਨਹੀਂ ਇੱਥੇ ਮੁੱਖ ਮੰਤਰੀ ਆਪਣੇ MLA ਨੂੰ ਜਵਾਬਦੇਹ ਨਹੀਂ ਜਿਹੜੇ MLA ਹੈ ਜਿਹੜੇ ਮਿਨਿਸਟਰ ਨੇ ਉਹ ਆਪਣੇ ਲੀਡਰਾਂ ਨੂੰ ਜਵਾਬਦੇਹ ਹੈ ਨਹੀਂ ਲੋਕਾਂ ਨੂੰ ਜਵਾਬਦੇਹ ਹੈ ਨਹੀਂ ਅਤੇ ਫਿਰ ਸਰਕਾਰ ਇਸ ਨਹੀਂ ਚੱਲਣੀ ਗੰਦਾ ਪਾਣੀ ਫੈਕਟਰੀਆਂ ਦਾ ਫਿਰ ਵੀ ਆ ਰਿਹਾ ਅਤੇ ਉਹਦੀ ਤਾਂ ਕਾਰਵਾਈ ਨਹੀਂ ਕੀਤੀ ਬਿਆਨ ਹੋ ਰਿਹਾ ਮੀਟਿੰਗ ਵੀ ਅੱਜ ਕਹਿੰਦੇ ਵੀ ਕਰਾਂਗੇ ਅਸੀਂ ਇਸ ਚੀਜ਼ 'ਤੇ ਇਹਨਾਂ ਦਾ ਉਹ ਗੱਲ ਬਣ ਗਈ ਹੈ ਕਿ ਵੀ ਚਿੱਠੀ ਲਿਖੇਂਗੇ ਜਵਾਬ ਆਏਗਾ ਇਹ ਹਰ ਜਿਹੜੀ ਆਪਣੀ ਸਮੱਸਿਆ ਹੈ ਪੰਜਾਬ ਦੀ ਚਾਹੇ ਉਹ ਇਨਵਾਇਰਮੈਂਟ ਦੀ ਸਮੱਸਿਆ ਹੈ ਚਾਹੇ ਉਹ ਜੇਲ੍ਹਾਂ ਦੀ ਸਮੱਸਿਆ ਹੈ ਇਹਨਾਂ ਨੂੰ ਹੋਰ ਕੁਛ ਨਹੀਂ ਲੱਭਦਾ ਇਹ ਜਾਂ ਤਾਂ ਕੇਂਦਰ ਸਰਕਾਰ 'ਤੇ ਇਲਜ਼ਾਮ ਲਗਾ ਦਿੰਦੇ ਹੈ ਵੀ ਸਾਨੂੰ ਪੈਸੇ ਨਹੀਂ ਮਿਲ ਰਹੇ ਜੀ ਜਾਂ ਕਹਿੰਦੇ ਵੀ ਅਸੀਂ ਚਿੱਠੀ ਲਿਖਤੀ ਚਿੱਠੀਆਂ ਨਾਲ ਨਹੀਂ ਕੰਮ ਹੁੰਦਾ ਪੋਲੀਟੀਕਲ ਵਿਲ ਪਾਰ ਦਿਖਾਉਣੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਲੋਕਾਂ 'ਚ ਵਿਚਰਨਾ ਪੈਂਦਾ ਜੋ ਹੈ ਕੈਪਟਨ ਦੀ ਸਰਕਾਰ ਬਿਲਕੁਲ ਨਹੀਂ ਕਰ ਰਹੀ ਅੱਜ ਵੀ ਤੁਸੀਂ ਦੇਖਿਆ ਹੈ ਦੇ ਮਾਮਲੇ ਦੇ ਵਿੱਚ ਪੰਜਾਬ ਦੂਜੀ ਜਗ੍ਹਾ ਤੋਂ ਫਿਸਲ ਕੇ 5ਵੀਂ ਥਾਂ 'ਤੇ ਆ ਗਿਆ ਲੋਕਲ ਬਾਡੀ ਮਹਿਕਮੇ ਦੀ ਜਦੋਂ ਲਿਸਟ ਕੇਂਦਰ ਨੇ ਜਾਰੀ ਕੀਤੀ ਸੀ ਪਿਛਲੇ ਸਮੇਂ 'ਚ ਸਫਾਈ ਦੇ ਲਿਹਾਜ਼ ਨਾਲ ਸ਼ਹਿਰਾਂ ਦੀ ਉਹ 'ਚ ਵੀ ਪੰਜਾਬ ਦੇ ਸ਼ਹਿਰ ਪਛੜ ਗਏ ਸੋ ਪੋਲਿਸੀਆਂ ਸਰਕਾਰਾਂ ਬਣਾਉਣੀਆਂ ਚਾਹੀਦੀਆਂ ਲੋਕਾਂ ਦੇ ਹਿੱਤ ਦੇ ਵਾਸਤੇ ਗੱਲ ਹੈ ਕਿ ਪੋਲਿਸੀਆਂ ਨੂੰ ਲਾਗੂ ਕਰਨ ਦੀ ਪੋਲੀਟੀਕਲ ਵਿਲ ਹੈਗੀ ਹੈ ਉਹਦੇ ਵਾਸਤੇ ਜਿਹੜੀ ਮਿਹਨਤ ਲੱਗਦੀ ਹੈ ਉਹ ਕਰਨ ਦੀ ਜਿਹੜੀ ਪ੍ਰਵਿਰਤੀ ਹੈ ਉਹ ਨਾ ਤਾਂ ਮੁੱਖ ਮੰਤਰੀ ਕੋਲ ਹੈ ਨਾ ਉਹਦੇ ਵਜ਼ੀਰਾਂ ਕੋਲ ਹੈ ਅਤੇ ਪੰਜਾਬ ਦਾ ਜੋ ਹਾਲਾਤ ਬਣ ਰਿਹਾ ਅਸੀਂ ਦੇਖ ਹੀ ਰਹੇ ਇਹ ਬਹੁਤ ਸ਼ਰਮਨਾਕ ਹੈ ਕਿ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਜਿਹੜੀ ਸਹੁੰ ਕੈਪਟਨ ਸਾਹਿਬ ਨੇ ਚੁੱਕੀ ਸੀ ਉਹਨੂੰ ਪੂਰਾ ਕਰਨ ਦੇ ਵਿੱਚ ਉਹ ਪੂਰੇ ਤੌਰ 'ਤੇ ਨਾਕਾਮਯਾਬ ਰਹੇ ਰੋਜ਼ ਬੱਚੇ ਮਰ ਰਹੇ ਰੋਜ਼ ਕੱਲ੍ਹ ਵੀ ਮੈਂ ਅਖਬਾਰ 'ਚ ਪੜ੍ਹ ਰਿਹਾ ਸੀਗਾ 4 ਬੱਚੇ ਮਰੇ ਰੋਜ਼ ਨੌਜਵਾਨ ਮਰ ਰਹੇ ਜਵਾਨੀ ਖਤਮ ਹੋ ਰਹੀ ਹੈ ਪੰਜਾਬ ਦੀ ਔਰ ਮੈਨੂੰ ਨਹੀਂ ਪਤਾ ਕਿ ਕਦੋਂ ਸਰਕਾਰ ਚੇਤੇਗੀ ਹਰਸ਼ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI